ਬਹੁਤ ਮਜ਼ਾ ਆਇਆ ਘੁੰਮਣ ਦਾ। ਵੈਸੇ ਮੇਰਾ ਕੋਈ ਪਲੈਨ ਨਹੀਂ ਸੀ ਪਹਾੜਾਂ 'ਤੇ ਘੁੰਮਣ ਸ਼ੁੰਮਣ ਦਾ, ਅਤੇ ਪਹਾੜਾਂ ਕੋਲ ਆਇਆ ਅਤੇ ਕਹਿੰਦੇ ਨੇ ਚੱਲ ਤੈਨੂੰ ਘੁੰਮਾ ਫਿਰਾ ਕੇ ਲਿਆਵੀਏ। ਮੈਂ ਕਿਹਾ ਚਲੋ, ਮੈਂ ਕਿੱਥੇ ਘੁੰਮਣ ਫਿਰਨ ਜਾਣਾ ਪਹਾੜਾਂ 'ਤੇ? ਮੇਰੇ ਅੰਦਰ ਤਾਂ ਗੱਲ ਸੀ ਨਾ, ਉਹ ਜਿਵੇਂ ਆਉਂਦੇ ਨਾ ਭੁੱਖੇ ਨੂੰ ਪੁੱਛੀਏ ਦੁੱਧ ਦੋ ਕਿੰਨਾ ਹੁੰਦਾ, ਅਤੇ ਆਉਂਦਾ 4 ਰੋਟੀਆਂ, ਰੋਟੀਆਂ ਉਹ ਆਪਣੇ ਕੋਲ ਲੈ ਆਉਂਦਾ। ਦਿਲ ਤਾਂ ਮੇਰਾ ਆਪਣਾ ਸੀ ਘੁੰਮਣ 'ਤੇ, ਅਤੇ ਮੈਨੂੰ ਕਹਿੰਦੇ ਚੱਲ ਤੈਨੂੰ ਘੁੰਮਾ ਫਿਰਾ ਕੇ ਲਿਆਵਾਂ। ਮੈਂ ਕਿਹਾ ਕਿੱਥੇ ਜਾਣਾ ਘੁੰਮਣ ਫਿਰਨ ਪਹਾੜਾਂ 'ਤੇ? ਕਹਿੰਦੇ ਚੱਲ ਪਹਾੜਾਂ 'ਤੇ ਲੈ ਕੇ ਚੱਲੇ ਹਾਂ। ਅਗਰ ਦੇਖਿਆ ਜਾਏ ਨਾ ਤਾਂ ਕੁਦਰਤ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦੀ ਜਿਹੜੀ ਖੂਬਸੂਰਤੀ ਹੈ ਨਾ, ਇਨਸਾਨ ਅੰਦਾਜ਼ਾ ਵੀ ਨਹੀਂ ਕਰ ਸਕਦਾ ਕਿ ਅੱਲਾਹ ਤਾਲਾ ਨੇ ਕਿੰਨੀਆਂ ਕਿੰਨੀਆਂ ਖੂਬਸੂਰਤ ਚੀਜ਼ਾਂ ਇਨਸਾਨ ਵਾਸਤੇ ਬਣਾ ਸਕੀਆਂ ਨੇ। ਮਾਸ਼ਾਅੱਲਾ, ਚੈੱਕ ਕਰੋ ਇਸ ਸਾਈਡ 'ਤੇ ਵਿਊ, ਤੁਸੀਂ ਚੈੱਕ ਕਰੋ ਸਾਰੀਆਂ ਸਾਈਡਾਂ 'ਤੇ, ਬੜਾ ਪਿਆਰਾ ਪਿਆਰਾ ਵਿਊ ਹੈ। ਬਹੁਤ ਮਜ਼ਾ ਆਇਆ ਘੁੰਮਣ ਦਾ। ਵੈਸੇ ਮੇਰਾ ਕੋਈ ਪਲੈਨ ਨਹੀਂ ਸੀ ਪਹਾੜਾਂ 'ਤੇ ਘੁੰਮਣ ਸ਼ੁੰਮਣ ਦਾ, ਅਤੇ ਪਹਾੜਾਂ ਕੋਲ ਆਇਆ ਅਤੇ ਕਹਿੰਦੇ ਨੇ ਚੱਲ ਤੈਨੂੰ ਘੁੰਮਾ ਫਿਰਾ ਕੇ ਲਿਆਵੀਏ। ਅਤੇ ਮੈਂ ਕਿਹਾ ਚਲੋ, ਮੈਂ ਕਿੱਥੇ ਘੁੰਮਣ ਫਿਰਨ ਜਾਣਾ ਪਹਾੜਾਂ 'ਤੇ? ਮੇਰੇ ਅੰਦਰ ਤਾਂ ਗੱਲ ਸੀ ਨਾ, ਉਹ ਜਿਵੇਂ ਆਉਂਦੇ ਨਾ ਭੁੱਖੇ ਨੂੰ ਪੁੱਛੀਏ ਦੁੱਧ ਦੋ ਕਿੰਨਾ ਹੁੰਦਾ, ਅਤੇ ਆਉਂਦਾ 4 ਰੋਟੀਆਂ, ਰੋਟੀਆਂ ਉਹ ਆਪਣੇ ਕੋਲ ਲੈ ਆਉਂਦਾ। ਦਿਲ ਤਾਂ ਮੇਰਾ ਆਪਣਾ ਸੀ ਘੁੰਮਣ 'ਤੇ, ਅਤੇ ਮੈਨੂੰ ਕਹਿੰਦੇ ਚੱਲ ਤੈਨੂੰ ਘੁੰਮਾ ਫਿਰਾ ਕੇ ਲਿਆਵਾਂ। ਮੈਂ ਕਿਹਾ ਕਿੱਥੇ ਜਾਣਾ ਘੁੰਮਣ ਫਿਰਨ ਪਹਾੜਾਂ 'ਤੇ? ਕਹਿੰਦੇ ਚੱਲ ਪਹਾੜਾਂ 'ਤੇ ਲੈ ਕੇ ਚੱਲੇ ਹਾਂ। ਅਤੇ ਮੌਸਮ ਨਹੀਂ ਸੀ, ਅਸੀਂ ਆਏ ਵੀ ਲੇਟ ਹੀ, ਅਗਰ ਸੁਬਹਾ ਆਉਂਦੇ ਤਾਂ ਫਿਰ ਹੋਰ ਮਜ਼ਾ ਆਉਣਾ ਸੀ। ਤਕਰੀਬਨ 2:30 ਵਜੇ ਨਾਲ ਅਸੀਂ ਆਏ ਹਾਂ, ਬਲਕਿ 3-4 ਵਜੇ ਨਾਲ ਨਿਕਲੇ ਹਾਂ, ਅਤੇ ਮਜ਼ਾ ਆਇਆ ਘੁੰਮਣ ਫਿਰਨ ਦਾ ਫਿਰ ਵੀ। ਲੇਕਿਨ ਮੈਂ ਪੁੱਛ ਲਿਆ ਆਪੇ ਹੀ ਕਿ ਭਾਅ ਜੀ ਪਹਾੜਾਂ 'ਤੇ ਘੁੰਮਣ ਫਿਰਨ ਜਾਣਾ ਹੈ? ਕਹਿੰਦੇ ਚੱਲ ਪਹਾੜਾਂ 'ਤੇ ਲੱਗੇ ਚੱਲਣੇ ਹਾਂ। ਫਿਰ ਇਹ ਵੇ ਕਿ ਬੜਾ ਇੰਜੋਏ ਕੀਤਾ, ਮਜ਼ਾ ਆਇਆ ਵੇ, ਤੁਸੀਂ ਵੀ ਦੇਖ ਸਕਦੇ ਹੋ। ਅਤੇ ਗੱਲ ਉਹ ਹੋਈ ਹੈ, ਭੁੱਖੇ ਨੂੰ ਪੁੱਛੀਏ ਨਾ ਦੁੱਧ ਦੋ ਕਿੰਨਾ ਹੁੰਦਾ, ਜਿਹਨੂੰ ਭੁੱਖ ਲੱਗੀ ਹੋਵੇ ਨਾ ਬੜੀ ਡਾਢੀ, ਅਤੇ ਉਹਨੂੰ ਕਿਤੇ ਪੁੱਛ ਲਈਏ ਨਾ ਦੁੱਧ ਦੋ ਕਿੰਨਾ ਹੁੰਦਾ, ਅਤੇ ਉਹਦਾ ਦੁੱਧ ਦੋ 4 ਰੋਟੀਆਂ। ਮੈਂ ਵੀ ਪਹਾੜਾਂ ਨਾ ਉਹ ਹੀ ਅੱਜ ਗੱਲ ਕੀਤੀ, ਮੈਂ ਕਿਹਾ ਬਈ ਨਾ ਕਿੱਥੇ ਜਾਣਾ ਜੇ ਘੁੰਮਣ ਪਹਾੜਾਂ 'ਤੇ, ਆਪੇ ਹੀ ਮੈਂ ਪਹਾੜਾਂ ਦਾ ਆਖ ਲਿਆ ਵੇ। ਅਤੇ ਬਾਕੀ ਮਜ਼ਾ ਆਇਆ, ਚਲੋ ਘੁੰਮਣਾ ਫਿਰਨਾ ਤਾਂ ਵੈਸੇ ਵੀ ਆਇਆ ਸੀ, ਸ਼ਹਿਰ 'ਤੇ ਅੱਗੇ ਵੀ ਘੁੰਮੀ ਫਿਰੀ ਦਾ, ਅਕਸਰ ਬਾਰਾਂ 'ਤੇ ਜਾਈਦਾ, ਕਾਫੀ ਸ਼ਾਫੀ ਪੀ ਵੀ ਦੀ ਹੈ, ਮਾਹੌਲ ਤੁਹਾਨੂੰ ਇੰਜੋਏ ਕਰਾਈਦਾ ਇੱਥੇ ਦਾ, ਸੜਕਾਂ, ਰੋਡ, ਬਿਲਡਿੰਗਾਂ, ਲੋਕ। ਲੇਕਿਨ ਜਿਹੜਾ ਮਜ਼ਾ ਆਇਆ ਅੱਜ ਪਹਾੜਾਂ 'ਤੇ ਘੁੰਮਣ ਫਿਰਨ ਦਾ, ਉਹ ਅੱਗੇ ਨਹੀਂ ਇੰਨੇ ਦਿਨਾਂ ਤੋਂ ਇੰਜੋਏ ਕੀਤਾ, ਨਾ ਹੀ ਇਹ ਮਜ਼ਾ ਆਇਆ। ਅਤੇ ਬਹੁਤ ਮਜ਼ਾ ਆਇਆ ਅੱਜ। ਬੱਦਲ ਵੀ ਉੱਤੇ ਜਨਾਬ ਗਰਜ ਰਹੇ ਨੇ, ਮਾਸ਼ਾਅੱਲਾ ਵਿਊ ਚੈੱਕ ਕਰੋ ਤੁਸੀਂ ਬੈਕ ਸਾਈਡ 'ਤੇ, ਮੈਨੂੰ ਚੈੱਕ ਕਰੋ।
ਨਾਜ਼ਰੀਨ, ਮੈਂ ਇਸ ਟਾਈਮ ਮੌਜੂਦ ਹਾਂ ਅਲਬਾਨੋ ਤੇ ਅਲਬਾਨੋ ਰੇਲਵੇ ਸਟੇਸ਼ਨ ਤੇ ਮੌਜੂਦ ਹਾਂ। ਇਸ ਟਾਈਮ ਤੁਸੀਂ ਵੇਖ ਸਕਦੇ ਹੋ ਮੈਂ ਜਾ ਰਿਹਾ ਪੈਰ ਕਰਾਂ, ਇਨਸ਼ਾਅੱਲਾ ਟ੍ਰੇਨ ਫੜਾਂ ਦੇ ਇਨਸ਼ਾਅੱਲਾ ਜਾਵਾਂਗੇ ਪੈਰ ਕਰਾਂ। ਤੁਸੀਂ ਵੇਖ ਸਕਦੇ ਹੋ ਵਿਊ ਕਿੰਨਾ ਪਿਆਰਾ, ਸੁਬਾ ਸੁਬਾ ਮਜ਼ੇ ਦਾ ਮੌਸਮ। ਟਾਈਮ ਹੋ ਗਿਆ